ਕਲਾ ਟਾਈਮ ਟੀਵੀ ਵੇਖ ਰਹੇ ਸਮੂਹ ਦਰਸ਼ਕਾਂ ਦਾ ਹਰਪ੍ਰੀਤ ਸਿੰਘ ਗਰਦੀ ਵੱਲੋਂ ਪ੍ਰੋਗਰਾਮ ਖਾਸ ਮੁਲਾਕਾਤ ਵਿੱਚ ਨਿੱਘਾ ਸਵਾਗਤ ਹੈ। ਸਤਿਗੁਰ ਫਰਮਾਉਂਦੇ ਨੇ, ਜਬ ਲੱਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਅੱਜ ਦੀ ਇਹ ਖਾਸ ਮੁਲਾਕਾਤ ਅਸੀਂ ਉਸ ਸ਼ਖਸੀਅਤ ਦੇ ਨਾਲ ਆਪ ਜੀ ਦੀ ਕਰਾਉਣ ਲੱਗੇ ਹਾਂ ਜਿਨ੍ਹਾਂ ਨੇ ਆਪਣਾ ਸਫ਼ਰ ਆਪਣੇ ਦਿਲ ਦੀਆਂ ਗਹਿਰਾਈਆਂ ਚੋਂ ਕੱਢੇ ਸ਼ਬਦਾਂ ਦੇ ਨਾਲ ਸ਼ੁਰੂ ਕੀਤਾ, ਸ਼ਬਦਾਂ ਦੇ ਨਾਲ ਖੇਡਿਆ ਅਤੇ ਗਜ਼ਲ ਸਾਹਿਤ ਦੇ ਦੁਨੀਆ ਦੇ ਵਿੱਚ ਆਪਣਾ ਇੱਕ ਨਾਮ ਖੱਟਿਆ, ਫਿਰ ਪੱਤਰਕਾਰੀ ਦੇ ਖੇਤਰ ਦੇ ਵਿੱਚ ਕੰਮ ਕੀਤਾ। ਮੇਰੀ ਮੁਰਾਦ ਹੈ ਸ੍ਰੀ ਹਰਦਮ ਸਿੰਘ ਮਾਨ, ਜੋ ਵੈਨਕੂਵਰ ਵਿਖੇ ਅੱਜ ਕੱਲ੍ਹ ਸਥਾਪਿਤ ਨੇ, ਸਰੀ ਵਿਖੇ ਰਹਿ ਰਹੇ ਨੇ ਅਤੇ ਇੱਥੇ ਪਹਿਲੇ ਭਾਰਤ ਵਿੱਚ ਪੱਤਰਕਾਰੀ ਨਾਲ ਕਰਦੇ ਰਹੇ ਨੇ ਅਤੇ ਹੁਣ ਇੱਥੇ ਇੱਕ ਨਾਮਵਾਰ ਪੱਤਰਕਾਰ ਦੇ ਤੌਰ 'ਤੇ, ਇੱਕ ਗਜ਼ਲ ਗੋ ਦੇ ਤੌਰ 'ਤੇ ਨਾਲ ਵਿਚਰ ਰਹੇ ਹਨ। ਅਤੇ ਇਸੇ ਮੁਲਾਕਾਤ ਦੇ ਵਿੱਚ ਮੇਰੇ ਨਾਲ ਮੇਰੀ ਮਦਦ ਕਰਨਗੇ ਸਰਦਾਰ ਜੈਤੇਗ ਸਿੰਘ ਆਨੰਦ, ਜੋ ਵਿਸ਼ਵ ਪ੍ਰਸਿੱਧ ਸਾਹਿਤਕਾਰ, ਫੋਟੋ ਜਰਨਲਿਸਟ, ਚਿੰਤਕ, ਹਿਸਟੋਰੀਅਨ ਹਨ। ਅਤੇ ਆਪ ਦੋਹਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੈਂ ਬੇਹੱਦ ਧੰਨਵਾਦੀ ਹਾਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਸੰਸਥਾਪਕ ਪ੍ਰਬੰਧਕ ਸਰਦਾਰ ਹਰਪ੍ਰੀਤ ਸਿੰਘ ਦਰਦੀ ਜੀ, ਜਿਨ੍ਹਾਂ ਨੇ ਮੈਨੂੰ ਤੁਹਾਡੇ ਰੂਬਰੂ ਹੋਣ ਦਾ ਇਹ ਮੌਕਾ ਦਿੱਤਾ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਕੱਲ੍ਹ ਤੁਸੀਂ ਸਰੀ ਕੈਨੇਡਾ ਵਿਖੇ ਵਿਚਰ ਰਹੇ ਹੋ ਐਜ਼ ਅ ਪੱਤਰਕਾਰ ਵੀ ਅਤੇ ਐਜ਼ ਅ ਸਾਹਿਤਕ ਖੇਤਰਾਂ ਦੇ ਵਿੱਚ। ਗਜ਼ਲ ਗੋ ਦੇ ਨਾਮ ਦਾ ਇਹ ਗਜ਼ਲ ਦਾ ਸ਼ੌਂਕ ਜਿਹੜਾ ਹੈ ਤੁਹਾਨੂੰ ਜਿਹੜਾ ਜ਼ਿਆਦਾ ਨਾਮਣਾ ਇੱਥੋਂ ਦੇ ਸਾਹਿਤਕ ਗਲਿਆਰਿਆਂ ਦੇ ਵਿੱਚ ਨਾਲ ਲੈ ਕੇ ਜਾ ਰਿਹਾ। ਮੈਂ ਚਾਹਾਂਗਾ ਕਿ ਇੱਥੋਂ ਤੱਕ ਆਉਣ ਦਾ ਸਫ਼ਰ ਜਿਹੜਾ ਤੁਹਾਡਾ ਭਾਰਤ ਤੋਂ ਸ਼ੁਰੂ ਹੋਇਆ, ਤੁਹਾਡੇ ਪਿਛੋਕੜ ਕੀ ਹੈ? ਕਿਉਂਕਿ ਮੈਂ ਪਿਛੋਕੜ ਇੱਕ ਇੰਟਰੋਡਕਸ਼ਨ ਦਾ ਇੱਕ ਐਸਾ ਹਿੱਸਾ ਹੁੰਦਾ ਵੀ ਹਰ ਇੱਕ ਕੋਈ ਜਾਣਨਾ ਚਾਹੁੰਦਾ ਵੀ ਇਹ ਸਫ਼ਰ ਕਿੱਥੋਂ ਸ਼ੁਰੂ ਹੋਇਆ ਅਤੇ ਅੱਜ ਇਸ ਧਰਤੀ ਦੇ ਉੱਤੇ ਤੁਸੀਂ ਆ ਕੇ ਜਿਹੜਾ ਕੰਮ ਕਰ ਰਹੇ ਹੋ ਉਹ ਕਿਵੇਂ ਤੁਸੀਂ ਉਸ ਵਿੱਚ ਵਿਚਰ ਰਹੇ ਹੋ? ਦਰਦੀ ਸਾਹਿਬ, ਇਸ ਤਰ੍ਹਾਂ ਹੋਇਆ ਕਿ ਮੈਂ 2012 ਦੇ ਲਾਸਟ ਯਾਨੀ ਦਸੰਬਰ ਵਿੱਚ ਇੱਥੇ ਕਨੇਡਾ ਮੇਰਾ ਆਉਣਾ ਹੋਇਆ, ਉਹ ਵੀ ਪਰਿਵਾਰ ਦੇ ਸਮੇਤ ਜੀ। ਮੈਂ ਉੱਥੇ ਇੰਡੀਆ ਵਿੱਚ ਪੰਜਾਬ ਨੈਸ਼ਨਲ ਬੈਂਕ ਵਿੱਚ ਲਗਭਗ 31 ਸਾਲ ਆਪਣੀ ਨੌਕਰੀ ਕੀਤੀ ਹੈ, ਜੋਬ ਕੀਤੀ ਹੈ। ਅਤੇ ਉਸ 31 ਸਾਲਾਂ ਦੇ ਦੌਰਾਨ ਮੈਂ 28 ਸਾਲ ਆਪਣੇ ਸ਼ਹਿਰ ਜੈਤੋ ਵਿਖੇ ਵਿਚਰਿਆ ਹਾਂ। ਅੱਛਾ। ਜੈਤੋ ਵਿਖੇ ਸਰਵਿਸ ਆਪਣੀ ਦਿੱਤੀ। ਹਾਂਜੀ। ਇੱਥੇ ਆਉਣ ਦਾ ਸਬੱਬ ਇਸ ਤਰ੍ਹਾਂ ਬਣਿਆ ਕਿ ਮੇਰੀ ਜੋ ਵੱਡੀ ਬੇਟੀ ਹੈ ਉਹਦੀ ਮੈਰਿਜ ਇੱਥੇ ਹੋਈ ਸੀ ਜੀ, ਤੇ ਉਹਨੇ ਸਾਡਾ ਜੋ ਪਰਿਵਾਰਕ ਵੀਜ਼ਾ ਫੈਮਿਲੀ ਕੇਸ ਵਿੱਚ ਸਾਡਾ ਸਪੌਂਸਰ ਕੀਤਾ ਜੀ। ਤੇ ਅਸੀਂ ਮੇਰੇ ਨਾਲ ਇੱਕ ਮੇਰਾ ਬੇਟਾ ਤੇ ਇੱਕ ਛੋਟੀ ਬੇਟੀ ਤੇ ਮੇਰੀ ਪਤਨੀ, ਅਸੀਂ ਚਾਰੇ ਫਿਰ 2012 ਦਸੰਬਰ ਚ ਇੱਥੇ ਆ ਗਏ ਸੀ। ਲੱਗਦੇ ਨੀ ਤੁਸੀਂ ਵੀ ਤੁਹਾਡੀ ਬੇਟੀ ਵਿਆਹੀ ਗਈ ਤੇ ਤੁਸੀਂ ਪੋਤਿਆਂ ਵਾਲੇ ਹੋ ਗਏ? ਇਹ ਤਾਂ ਕੁਦਰਤੀ ਤੌਰ ਤੇ ਆ ਜੀ, ਮੇਰੀ ਛੋਟੀ ਬੇਟੀ ਵੀ, ਉਹਨੂੰ ਵੀ 3 ਸਾਲ ਹੋ ਗਏ ਵਿਆਹੀ ਨੂੰ ਇੱਥੇ ਜੀ। ਹਾਂ, ਤੇ ਬੇਟਾ ਹੈ ਜੋ ਹਲੇ ਇਸ ਉਮਰ ਚ ਹੈਗਾ, ਉਹਨਾਂ ਦੀ ਉਮਰ ਚ। ਅੱਛਾ ਜੀ। ਪੰਜਾਬ ਨੈਸ਼ਨਲ ਬੈਂਕ ਚ ਐਜ਼ ਅ ਬੈਂਕਰ ਦੇ ਤੌਰ ਤੇ ਤੁਸੀਂ ਉੱਥੇ ਕੰਮ ਕੀਤਾ ਤੇ ਸਾਹਿਤਕ ਖੇਤਰਾਂ ਚ ਫਿਰ ਕਿਵੇਂ ਰੁਚੀ ਜਿਹੜੀ ਆ ਵਧੀ? ਜਦੋਂ ਮੈਂ ਬੈਂਕ ਦੇ ਵਿੱਚ ਜੋਬ ਕੀਤੀ ਤੇ ਲਿਖਣ ਦਾ ਸ਼ੌਕ ਵੈਸੇ ਮੈਨੂੰ ਬੈਂਕ ਚ ਲੱਗਣ ਤੋਂ ਪਹਿਲਾਂ ਹੀ ਸੀ ਜੀ। ਮੈਂ ਬੈਂਕ ਚ ਲੱਗਣ ਤੋਂ ਪਹਿਲਾਂ ਜਾਨੀ ਅਖਬਾਰਾਂ ਵਿੱਚ ਜਿਸ ਤਰ੍ਹਾਂ ਹੁੰਦੇ ਫੋਟੋ ਫੀਚਰ ਪੰਜਾਬੀ ਟ੍ਰਿਬਿਊਨ ਤੇ ਅਜੀਤ ਨੂੰ ਭੇਜਦਾ ਰਹਿੰਦਾ ਸੀ ਜੀ। ਉਸ ਤੋਂ ਅੱਗੇ ਅੱਗੇ ਮੈਂ ਫਿਰ ਮਿੰਨੀ ਕਹਾਣੀ ਲਿਖਣੀ ਸ਼ੁਰੂ ਕਰਤੀ ਪੰਜਾਬੀ ਟ੍ਰਿਬਿਊਨ ਚ ਮੇਰੀਆਂ ਤੇ ਅਜੀਤ ਵਿੱਚ ਕਾਫੀ ਮਿੰਨੀ ਕਹਾਣੀਆਂ ਵੀ ਛਪੀਆਂ ਜੀ। ਤੇ ਨਾਲ ਮੈਂ ਹੌਲੀ ਪਹਿਲਾਂ ਮੈਂ ਗੀਤ ਲਿਖਣੇ ਸ਼ੁਰੂ ਕੀਤੇ, ਕਾਫੀ ਗੀਤ ਲਿਖੇ ਪਰ ਉਹ ਗੀਤ ਯਾਨੀ ਉਸ ਉਮਰ ਦੇ ਮੁਤਾਬਕ ਸੀਗੇ ਜੀ। ਸੋ ਉਹਨਾਂ ਨੂੰ ਮੈਂ ਬਹੁਤੀ ਮਹੱਤਤਾ ਨਹੀਂ ਦਿੰਦਾ ਤੇ ਉਹਦੇ ਨਾਲ ਨਾਲ ਮੈਂ ਇੱਕ ਕਵਿਤਾ ਦੀ ਤੁਕਬੰਦੀ ਕਹਿ ਸਕਦਾ ਮੈਂ ਉਹਨੂੰ ਕਰਨੀ ਸ਼ੁਰੂ ਕੀਤੀ ਜੀ। ਤੇ ਮੈਂ ਜਲੰਧਰ ਰੇਡੀਓ ਨਾਲ ਬਹੁਤ
ਪਹਿਲਾਂ ਤੋਂ ਜੁੜ ਗਿਆ ਸੀ, ਯਾਨੀ 1979 ਤੋਂ ਮੈਂ ਜਲੰਧਰ ਰੇਡੀਓ ਨਾਲ ਜੁੜ ਗਿਆ। ਉਹਨਾਂ ਨਾਲ ਮੇਰਾ ਖਤੋ ਖਤਾਬ ਹੁੰਦਾ, ਪ੍ਰੋਗਰਾਮ ਸੁਣਨੇ, ਜੀ ਅਤੇ ਉੱਥੋਂ ਹੁੰਦਿਆਂ ਹੁੰਦਿਆਂ ਉਹਨਾਂ ਨੇ ਮੈਨੂੰ ਇੱਕ ਪ੍ਰੋਗਰਾਮ ਵਿੱਚ ਆਪਣੀਆਂ ਕਵਿਤਾਵਾਂ ਪੜ੍ਹਨ ਦਾ ਮੌਕਾ ਦਿੱਤਾ। ਜੀ ਉਹ ਸਬੱਬ ਇਸ ਤਰ੍ਹਾਂ ਬਣਿਆ ਕਿ ਉਹ ਕਵਿਤਾਵਾਂ ਜੋ ਰੇਡੀਓ ਤੋਂ ਜਦੋਂ ਪ੍ਰਸਾਰਿਤ ਹੋਈਆਂ, ਜੀ ਅਤੇ ਮੇਰੇ ਹੀ ਸ਼ਹਿਰ ਦੇ ਜੋ ਉਸਤਾਦ ਗਜ਼ਲਗੋ ਨੇ, ਸਵਰਗੀ ਜਨਾਬ ਦੀਪਕ ਜੈਤ ਹੋਈ, ਅੱਛਾ ਜੀ ਅਤੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਤਾਂ ਉਹਨਾਂ ਨੇ ਰੇਡੀਓ 'ਤੇ ਉਹ ਮੇਰੀਆਂ ਕਵਿਤਾਵਾਂ ਸੁਣੀਆਂ, ਗਜ਼ਲਨੁਮਾ ਕਵਿਤਾਵਾਂ ਉਹਨੂੰ ਕਹਿ ਸਕਦੇ ਹਾਂ। ਤਾਂ ਉਹਨਾਂ ਨੇ ਉਦੋਂ ਉੱਥੇ ਉਹ ਸੁਨਿਆਰ ਦੀ ਦੁਕਾਨ ਕਰਦੇ ਸਨ, ਅਤੇ ਜਦੋਂ ਮੈਂ ਉਹਨਾਂ ਦੀ ਦੁਕਾਨ ਦੇ ਅੱਗੋਂ ਦੀ ਲੰਘਿਆ, ਮੈਂ ਆਪਣੇ ਬੈਂਕ ਵੱਲ ਜਾ ਰਿਹਾ ਸੀ, ਤਾਂ ਉਹਨਾਂ ਨੇ ਮੁੰਡੇ ਨੂੰ ਕਹਿ ਕੇ ਮੈਨੂੰ ਆਵਾਜ਼ ਮਾਰ ਲਈ। ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਬਰਖੁਰਦਾ, ਮੈਂ ਰੇਡੀਓ 'ਤੇ ਤੁਹਾਡੀਆਂ ਕਵਿਤਾਵਾਂ ਸੁਣੀਆਂ ਸੀ ਜੀ, ਅਤੇ ਬਹੁਤ ਅੱਛੀਆਂ, ਪਰ ਤੁਹਾਨੂੰ ਹਲੇ ਇਹਦੇ 'ਚ ਕਾਫ਼ੀ ਗਾਈਡੈਂਸ ਦੀ ਲੋੜ ਹੈ, ਪ੍ਰਸ਼ਨ ਦੀ ਲੋੜ, ਪ੍ਰਸ਼ਨ ਦੀ ਲੋੜ ਹੈ ਜੀ। ਸੋ ਇਹੀ ਸਬੱਬ ਮੇਰੇ ਵਾਸਤੇ, ਯਾਨੀ ਮੈਂ ਕਹਿ ਸਕਦਾ ਵੀ ਗਜ਼ਲ ਵਿੱਚ ਲਿਆਉਣ ਦਾ ਬਣਿਆ। ਅਤੇ ਉਸ ਦਿਨ ਤੋਂ ਮੈਂ ਫਿਰ ਜੋ ਦੀਪਕ ਆਪਣੇ, ਜੀ ਨੂੰ ਹੀ ਉਸਤਾਦ ਧਾਰ ਲਿਆ, ਹਾਂ, ਲੇਖਣੀ ਸੀ ਉਹ ਮੈਂ ਉਹਨਾਂ ਨੂੰ ਦਿਖਾਉਣੀ ਸ਼ੁਰੂ ਕਰਤੀ ਜੀ। ਅਤੇ ਹੌਲੀ ਫਿਰ ਉਹਨਾਂ ਨੇ ਮੈਨੂੰ ਤਾਰਾ ਜੋ ਗਜ਼ਲ ਦਾ ਰੰਗੇ ਅਤੇ ਗਜ਼ਲ ਜੋ ਅਰੂਜ਼ ਹੈ, ਪਿੰਗਲ ਹੈ, ਉਹਦੇ ਬਾਰੇ ਉਹਨਾਂ ਨੇ ਮੈਨੂੰ ਦੱਸਣਾ ਸ਼ੁਰੂ ਕਰਤਾ, ਮੈਂ ਸਿੱਖਣਾ ਸ਼ੁਰੂ ਕਰਤਾ ਜੀ, ਅਤੇ ਮੈਂ ਉਹਨਾਂ ਨੂੰ ਗਜ਼ਲ ਦੇ ਉਸਤਾਦ ਦੇ ਤੌਰ 'ਤੇ ਆਪਣਾ ਉਸਤਾਦ ਧਾਰ ਲਿਆ। ਤੇ ਪੱਤਰਕਾਰੀ ਦਾ ਫਿਰ ਕਿਵੇਂ ਸਬੱਬ ਬਣਿਆ ਇੰਡੀਆ ਦੇ ਵਿੱਚ ਜੋਬ ਕਰਦੇ ਹੋਏ? ਹਾਂ, ਉਹ ਇਸ ਤਰ੍ਹਾਂ ਹੋਇਆ ਵੀ ਜਦੋਂ ਦੀਪਕ ਸਾਹਿਬ ਨਾਲ ਸਾਡਾ ਮੇਲ ਹੋਇਆ, ਤਾਂ ਦੀਪਕ ਸਾਹਿਬ ਅਤੇ ਸਾਡੇ ਉਸੀ ਸ਼ਹਿਰ ਦੇ ਬਹੁਤ ਹੀ ਵਿਸ਼ਵ ਪ੍ਰਸਿੱਧ ਸਾਹਿਤਕਾਰ ਪ੍ਰੋਫੈਸਰ ਗੁਰਦਿਆਲ ਸਿੰਘ ਜੀ, ਇਹਨਾਂ ਦੀ ਇੱਕ ਪੁਰਾਣੀ ਸੰਸਥਾ ਸੀ ਪੰਜਾਬੀ ਸਾਹਿਤ ਸਭਾ ਜੈਤੋ ਜੀ, ਤਾਂ ਉਹਨਾਂ ਨੇ ਇੱਕ ਦੋ ਮੇਰੇ ਨਾਲ ਸਾਥੀ ਹੋਰ ਆ ਗਏ ਨਵੇਂ ਮੁੰਡੇ ਸੀ ਜਿਹੜੇ, ਅਤੇ ਦੀਪਕ ਸਾਹਿਬ ਨੇ ਕਿਹਾ ਵੀ ਉਹ ਜਿਹੜੀ ਸੰਸਥਾ ਹੈ ਉਹਨੂੰ ਪੁਨਰ ਸੁਰਜੀਤ ਕਰੀਏ ਆਪਾਂ, ਅਤੇ ਅਸੀਂ ਉਹ ਸੰਸਥਾ ਨਾਲ ਜੁੜ ਗਏ। ਦੀਪ ਸਾਹਿਬ ਸਾਡੇ ਸਰਪ੍ਰਸਤ ਬਣ ਗਏ ਜੀ। ਉਹ ਫਿਰ ਸੰਸਥਾ ਦੀਆਂ ਜੋ ਸਾਡੀਆਂ ਮੀਟਿੰਗਾਂ, ਅਸੀਂ ਮੰਥਲੀ ਮੀਟਿੰਗਾਂ ਕਰਦੇ, ਮਾਸਿਕ ਮੀਟਿੰਗਾਂ ਕਰਦੇ, ਉਹਦੇ 'ਚ ਕਵਿਤਾਵਾਂ, ਗਜ਼ਲਾਂ, ਗੀਤ, ਕਹਾਣੀਆਂ ਪੜ੍ਹਦੇ, ਚਰਚਾ ਕਰਦੇ, ਬਹਿਸ ਕਰਦੇ, ਅਤੇ ਉਹ ਕਰਦੇ ਕਰਦੇ ਕਰਾਉਂਦੇ ਕਈ ਸਾਲ ਜਦੋਂ ਲੰਘ ਗਏ, ਅਤੇ ਇੱਕ ਸਾਡੀ ਉਸ ਸਭਾ ਵਿੱਚ ਸੀਗੇ ਜੋ ਸੁਰਿੰਦਰਪਾਲ ਸਿੰਘ ਢਿੱਲੋਂ, ਉਹ ਜਰਨਲਿਸਟ ਸੀਗੇ ਜੀ, ਅਤੇ ਉਹ ਐਕਚੁਲੀ ਜਗਬਾਣੀ ਦੇ ਜੋ ਅਸ਼ਵਨੀ ਸੀਗੇ ਉਹਨਾਂ ਦੇ ਨਾਲ, ਉਹ ਉਹਨਾਂ ਨੇ ਇਕੱਠੀ ਜਰਨਲਿਜ਼ਮ ਕੀਤੀ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਜੀ। ਅਤੇ ਉਹ ਬੈਠੇ ਬੈਠੇ ਜਦੋਂ ਅਸੀਂ ਆਪਣੀ ਸਹਿ ਸਭਾ ਦੀ ਰਿਪੋਰਟ ਭੇਜਦੇ ਹੁੰਦੇ ਸੀ, ਤਾਂ ਅਕਸਰ ਮੈਂ ਹੀ ਲਿਖ ਕੇ ਅਖਬਾਰਾਂ ਵਾਲਿਆਂ ਨੂੰ ਦੇ ਆਉਂਦਾ ਸੀ ਪੱਤਰਕਾਰਾਂ ਨੂੰ ਜੀ, ਅਤੇ ਉਹ ਕਹਿੰਦਾ ਵੀ ਆਪਾਂ ਕਿਉਂ ਨਾ ਸਿੱਧੇ ਹੀ ਆਪਾਂ ਤੁਹਾਡੇ ਨਾਂ 'ਤੇ, ਕਹਿੰਦਾ ਵੀ ਪੱਤਰਕਾਰੀ ਮੈਂ ਤੁਹਾਨੂੰ ਲੈ ਜਾਂ ਅਤੇ ਤੁਸੀਂ ਸਿੱਧੀਆਂ ਖਬਰਾਂ ਭੇਜਿਆ ਕਰੋ ਜੀ। ਸੋ ਉੱਥੋਂ ਇਹ ਸਭ ਬਣਦਾ ਬਣਦਾ ਹੋਇਆ, ਅਤੇ ਕਿਉਂਕਿ ਮੈਂ ਤਾਂ ਗੌਰਮੈਂਟ ਜੋਬ ਵਿੱਚ ਸੀਗਾ ਜੀ, ਅਤੇ ਉਹ ਫਿਰ ਮੈਂ ਆਪਣੀ ਮੇਰੀ ਮਿਸਿਜ ਵਾਈਫ ਕਰਮਜੀਤ ਮਾਨ ਦੇ ਨਾਂ 'ਤੇ ਮੈਂ ਉਹ ਪੱਤਰਕਾਰੀ ਕਰਨੀ ਸ਼ੁਰੂ ਕਰ ਦਿੱਤੀ ਜੀ। ਹੋਇਆ ਜਗਬਾਣੀ ਤੋਂ ਆਗਾਜ਼ ਸੀ, ਅਤੇ ਉਸ ਤੋਂ ਬਾਅਦ ਫਿਰ ਪੰਜਾਬੀ ਟ੍ਰਿਬਿਊਨ 'ਚ, ਕਿਉਂਕਿ ਗਜ਼ਲ ਦੇ ਤੌਰ 'ਤੇ ਮੈਨੂੰ ਉਸ ਟਾਈਮ ਉੱਥੇ ਹਰਭਜਨ ਹਲਵਾਰ ਵੀ ਸੀਗੇ ਐਡੀਟਰ ਜੀ, ਉਹ ਮੈਨੂੰ ਬਾਈ ਨੇਮ ਜਾਣਦੇ ਹੀ ਸੀ ਗਜ਼ਲ ਦੇ ਤੌਰ 'ਤੇ, ਅਤੇ ਉਹਨਾਂ ਨੇ ਮੈਨੂੰ ਅਥਾਰਟੀ ਦੇ ਦਿੱਤੀ। ਅਤੇ ਜਦੋਂ ਬਰਜਿੰਦਰ ਸਿੰਘ ਪੰਜਾਬੀ ਟੂਨ ਦੇ ਐਡੀਟਰ ਸੀਗੇ, ਉਦੋਂ ਮੇਰੀਆਂ ਉੱਥੇ ਫੋਟੋ ਫੀਚਰ ਅਤੇ ਮਿੰਨੀ ਕਹਾਣੀਆਂ ਛਪਦੀਆਂ ਸੀ, ਅਤੇ ਉਹ ਵੀ ਮੈਨੂੰ ਜਾਣਦੇ ਸੀ ਜੀ। ਫਿਰ ਮੈਂ ਉਹਨਾਂ ਕੋਲ ਜਲੰਧਰ ਜਾ ਕੇ ਮੈਂ ਕਿਹਾ ਵੀ ਮੇਰੇ ਕੋਲ ਅਜੀਤ ਪੰਜਾਬੀ ਟ੍ਰਿਬਿਊਨ ਦੀ ਵੀ ਹੈ ਅਤੇ ਆ ਜਗਬਾਣੀ ਦੀ ਵੀ, ਤੁਸੀਂ ਵੀ ਮੈਨੂੰ ਅਥੋਰਾਈਜ਼ ਕਰੋ ਜੀ। ਸੋ ਉਹਨਾਂ ਨੇ ਮੈਨੂੰ ਸਾਲ 2 ਸਾਲ ਵੇਖਿਆ, ਅਤੇ ਫਿਰ ਮੈਨੂੰ ਵੀ ਉਹਨਾਂ ਨੇ ਉਸੇ ਤਰ੍ਹਾਂ ਅਥੋਰਾਈਜ਼ ਕਰਤਾ, ਅਤੇ ਫਿਰ ਮੈਂ ਜਾਣੀ ਉਹ ਜਿਸ ਤਰ੍ਹਾਂ ਦੇ ਹਾਲਾਤ ਬਣੇ, ਮੈਂ ਜਗਬਾਣੀ ਤਾਂ ਛੱਡ ਦਿੱਤਾ ਅਤੇ ਪੰਜਾਬੀ ਟ੍ਰਿਬਿਊਨ ਅਤੇ ਅਜੀਤ ਲਈ ਲਗਾਤਾਰ 25 ਸਾਲ ਮੈਂ ਉੱਥੇ ਜੈਤੋ ਤੋਂ ਰਿਪੋਰਟਰ ਦੇ ਤੌਰ 'ਤੇ ਕੰਮ ਕਰਦਾ ਰਿਹਾ। ਜੈਤੋਂ, ਜੈਤੋਂ ਦੇ ਮੋਰਚੇ ਕਰਕੇ ਵੀ ਮਸ਼ਹੂਰ ਹੈ ਜੀ, ਇਤਿਹਾਸ ਉੱਥੇ ਸਿਰਜਿਆ ਬਿਲਕੁਲ, ਅਤੇ ਉਸ ਧਰਤੀ ਸ਼ਹੀਦਾਂ ਦੀ ਧਰਤੀ ਨੂੰ ਨਮਨ ਵੀ ਹੈ। ਇਸ ਜੈਤੋਂ ਦਾ ਉਹ ਇਲਾਕਾ, ਕਈ ਵਾਰ ਕਹਿੰਦੇ ਵੀ ਇਹ ਪਛੜਿਆ ਇਲਾਕਾ ਹੈ ਜਾਂ ਉਸ ਧਰਤੀ 'ਤੇ ਕੰਮ ਕਰਨਾ ਸੌਖਾ ਕੰਮ ਨਹੀਂ ਹੈ, ਉੱਥੇ ਤੁਹਾਨੂੰ ਐਸੇ ਮੌਕੇ ਮਿਲਣੇ ਅਤੇ ਕੰਮ ਕਰਨਾ ਅਤੇ ਪਰਿਵਾਰ ਦਾ ਸਹਿਯੋਗ ਮਿਲਣਾ, ਉਹ ਕਿਵੇਂ ਰਿਹਾ? ਹਾਂ ਬਿਲਕੁਲ, ਤੁਹਾਡੀ ਇਹ ਗੱਲ ਸਹੀ ਹੈ ਕਿ ਜੈਤੋਂ ਪਛੜਿਆ ਇਲਾਕਾ ਸੀ ਅਤੇ ਅੱਜ ਵੀ ਪਛੜਿਆ
ਕਿਉਂਕਿ ਉੱਥੇ ਨਾ ਤਾਂ ਕੋਈ ਬਹੁਤਾ ਕੋਈ ਰਾਜਸੀ ਆਗੂ ਉਹਨਾਂ ਨੂੰ ਬਹੁਤਾ ਵਧੀਆ ਮਿਲਿਆ, ਸਿਰਫ ਇੱਕੋ ਹੀ ਉੱਥੇ ਜੈਤੋ ਦੇ ਨੇਤਾ ਹੋਏ ਨੇ ਲਾਲਾ ਭਗਵਾਨ ਦਾਸ, ਜਾਂ ਉਸ ਤੋਂ ਪਹਿਲਾਂ ਸੇਠ ਰਾਮਦਾਸ ਜੀ ਸੀਗੇ, ਅਤੇ ਉਸ ਤੋਂ ਬਾਅਦ ਕੋਈ ਬਹੁਤਾ ਵਧੀਆ ਲੀਡਰ ਨਹੀਂ ਮਿਲਿਆ, ਜਿਸ ਕਰਕੇ ਇਹ ਸਾਰੇ ਪੱਖਾਂ ਤੋਂ ਹੀ ਜੈਤੋ ਪਛੜਿਆ ਹੋਇਆ ਹੈ। ਅਤੇ ਜਿਹੜੀ ਤੁਸੀਂ ਇਹ ਕਿਹਾ ਵੀ ਇਹਦੀ ਇਤਿਹਾਸਿਕ ਮਹੱਤਤਾ, ਉਹ ਕਿਤੇ ਘੱਟ ਨਹੀਂ। ਸਿੱਖ ਇਤਿਹਾਸ ਵਿੱਚ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਹੈ, ਤਾਂ ਉਹ ਜੈਤੋ ਦਾ ਮੋਰਚਾ ਹੀ ਜਿਸ ਕਰਕੇ ਇਹ ਕਮੇਟੀ ਹੋਂਦ ਵਿੱਚ ਆਈ ਹੈ। ਸੋ ਇਤਿਹਾਸਿਕ ਪੱਖ ਤੋਂ ਇਹਦਾ ਜਿਹੜਾ ਗੌਰਵ ਹੈ ਉਹ ਇੱਕ ਸਿੱਖ ਇਤਿਹਾਸ ਸੁਨਹਿਰੀ ਪੰਨੇ ਦੇ ਹੈ ਜੈਤੋ ਦਾ ਜਿਹੜਾ ਮੋਰਚਾ ਹੈ। ਸੋ ਮੇਰਾ ਜਿਹੜਾ ਸੀਗਾ, ਮੈਂ ਉੱਥੇ ਜੈਤੋ 'ਚ ਇਹ ਵੀ ਹੈ ਵੀ ਜੈਤੋ ਬੇਸ਼ੱਕ ਵੱਡੇ ਲੀਡਰ ਨਹੀਂ ਪਰ ਛੋਟੇ ਲੀਡਰਾਂ ਦੀ ਮੰਡੀ ਬਹੁਤ ਹੈ। ਸੋ ਉੱਥੇ ਸ਼ਿਕਾਇਤੀ ਬਹੁਤ ਨੇ, ਪਰ ਮੈਂ ਜੋ ਆਪਣਾ ਸੀ ਪੱਤਰਕਾਰੀ ਦਾ ਜੋ ਲੈਵਲ ਰੱਖਿਆ ਸੀਗਾ ਉਹ ਸੀਗਾ ਮੇਰਾ ਸਾਰਾ ਪੋਜ਼ਿਟਿਵ, ਯਾਨੀ ਉਸਾਰੂ ਕਦਰਾਂ ਕੀਮਤਾਂ ਨੂੰ ਮੈਂ ਅਖਬਾਰਾਂ ਰਾਹੀਂ ਆਪਣੀਆਂ ਰਿਪੋਰਟਾਂ ਰਾਹੀਂ ਅੱਗੇ ਲਿਆਉਂਦਾ ਸੀ, ਅਤੇ ਨੈਗੇਟਿਵਿਟੀ ਜਾਂ ਕੋਈ ਇਸ ਤਰ੍ਹਾਂ ਦੀ ਬਲੈਕਮੇਲਿੰਗ ਉਹ ਮੇਰੇ ਆਸੇ ਪਾਸੇ ਕਿਤੇ ਵੀ ਨਹੀਂ ਸੀ, ਨਾ ਹੀ ਮੈਨੂੰ ਕੋਈ ਇਹੋ ਜਿਹਾ ਲਾਲਚ ਸੀ, ਮੇਰੇ ਕੋਲ ਵਧੀਆ ਜੋਬ ਸੀ, ਨਾ ਮੈਨੂੰ ਕੋਈ ਕੋਈ ਪੈਸੇ ਦੀ ਤਮੰਨਾ ਸੀ। ਸੋ ਇਸ ਕਰਕੇ ਮੈਂ ਆਪਣੀ ਸਾਫ਼ ਸੁਥਰੀ ਜੋ ਪੱਤਰਕਾਰੀ ਸੀ ਉਹਦੇ ਨਾਲ 25 ਸਾਲ ਮੈਂ ਇੱਕ ਤਰ੍ਹਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਹੀ ਕੀਤਾ। ਹਾਂਜੀ, ਗਜ਼ਲ ਜੋ ਜਿਹੜਾ ਹੁੰਦਾ ਉਹਦਾ ਦਿਲ ਬੜਾ ਨਰਮ ਹੁੰਦਾ, ਉਹ ਬੜੀ ਹੋਰ ਤਰ੍ਹਾਂ ਨਾਲ ਜ਼ਿੰਦਗੀ ਨੂੰ ਦੇਖਦਾ, ਇੱਕ ਅਲੱਗ ਜਿਹਾ ਦ੍ਰਿਸ਼ਟੀਕੋਣ ਹੁੰਦਾ। ਅਤੇ ਇਸ ਲਾਈਨ ਦੇ ਵਿੱਚ ਜਿਹੜੀਆਂ ਤੁਹਾਡੀਆਂ ਪ੍ਰਕਾਸ਼ਨਾਵਾਂ ਤੁਸੀਂ ਦੱਸੇ ਵੱਖ ਵੱਖ ਅਖਬਾਰਾਂ 'ਚ ਹੋਈਆਂ ਸਭ ਕੁਝ ਹੋਇਆ, ਅਤੇ ਇਹਦਾ ਕੋਈ ਖਰੜਾ ਤਿਆਰ ਕਰਕੇ ਕੋਈ ਕਿਤਾਬ ਦਾ ਰੂਪ ਵੀ ਹੋਇਆ, ਅਤੇ ਜੇ ਹੋਇਆ ਤਾਂ ਉਹਦਾ ਕੀ ਨਾਮ ਅਤੇ ਬਿਲਕੁਲ ਹਾਂ, ਮੈਂ ਜਦੋਂ ਤੁਹਾਨੂੰ ਦੱਸਿਆ ਵੀ 1980 ਤੋਂ ਗਜ਼ਲ ਲਿਖਣੀ ਸ਼ੁਰੂ ਕੀਤੀ, ਅਤੇ ਫਿਰ ਅਸੀਂ ਜੋ ਸਾਡੀ ਸਹਿਤ ਸਭਾ ਬਣੀ ਸੀ ਅਤੇ 1985 ਵਿੱਚ ਅਸੀਂ ਇੱਕ ਆਪਣੀ ਸਹਿਤ ਸਭਾ ਦੇ 5 ਜੋ ਸਾਡੇ ਸ਼ਹਿਰ ਸੀ ਉਹਨਾਂ ਦਾ ਗਜ਼ਲ ਸਾਂਝਾ ਗਜ਼ਲ ਸੰਗ੍ਰਹਿ ਪ੍ਰਕਾਸ਼ਿਤ ਕੀਤਾ। ਉਹਨਾਂ ਵਿੱਚ ਮਰਹੂਮ ਦੀਪਕ ਜੈਤੋਈ ਦੀਆਂ ਵੀ 20 ਗਜ਼ਲਾਂ ਸਨ ਅਤੇ ਮੇਰੀਆਂ ਵੀ 20 ਗਜ਼ਲਾਂ ਸਨ। ਸੋ ਉਸ ਗਜ਼ਲ ਸੰਗ੍ਰਹਿ ਦਾ ਨਾਂ ਸੀ ਕਤਰਾ ਕਤਰਾ ਮੌਤ, 1985 ਵਿੱਚ ਪ੍ਰਕਾਸ਼ਿਤ ਹੋਇਆ। ਫਿਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਜੁੜ ਗਿਆ ਪੱਤਰਕਾਰੀ ਨਾਲ, ਅਤੇ ਸੋ ਮੇਰਾ ਗਜ਼ਲ ਵੱਲ ਮੈਂ ਉਨੀ ਜਾਣੀ ਮਿਹਨਤ ਨਹੀਂ ਕਰ ਸਕਿਆ ਜਾਂ ਉਨੀ ਮੈਂ ਗਜ਼ਲ ਰਚਨਾ ਨਹੀਂ ਕਰ ਸਕਿਆ, ਅਤੇ ਹੌਲੀ ਹੌਲੀ ਕਰਦਾ ਰਿਹਾ। ਸੋ ਗਜ਼ਲਾਂ ਤਾਂ ਮੇਰੇ ਕੋਲ ਕਾਫੀ ਹੋ ਗਈਆਂ, ਫਿਰ ਜੋ ਪੁਰਾਣੀਆਂ ਗਜ਼ਲਾਂ ਸੀ ਉਹ ਮੈਨੂੰ ਆਪਣੇ ਜਾਣੀ ਪੱਧਰ ਦੇ ਮੁਤਾਬਕ ਨਾ ਲੱਗੀਆਂ, ਤਾਂ 2013 ਵਿੱਚ ਫਿਰ ਮੈਂ ਇੱਕ ਮੇਰਾ ਆਪਣਾ ਮੌਲਿਕ ਗਜ਼ਲ ਸੰਗ੍ਰਹਿ ਛਪਿਆ ਜਿਹੜਾ ਅੰਬਰਾਂ ਦੀ ਭਾਲ ਵਿੱਚ, ਉਹ 2013 'ਚ ਮੈਂ ਇੱਥੇ ਹੀ ਸਰੀ ਵਿਖੇ ਹੀ ਆ ਕੇ ਰਿਲੀਜ਼ ਕੀਤਾ। ਉਹਦੇ ਵਿੱਚ ਮੇਰੀਆਂ 60 ਗਜ਼ਲਾਂ ਨੇ, ਅਤੇ ਗਜ਼ਲਾਂ ਵਿੱਚ ਸਭ ਤਰ੍ਹਾਂ ਦਾ ਰੰਗ ਹੈ, ਯਾਨੀ ਵਿਸ਼ੇਸ਼ ਤੌਰ 'ਤੇ ਮੇਰੀਆਂ ਗਜ਼ਲਾਂ ਦਾ ਰੰਗ ਹੈ ਜੋ ਹੈ ਸਮਾਜ ਨਾਲ, ਜੋ ਸਾਡੇ ਆਸੇ ਪਾਸੇ ਜੋ ਵੀ ਚੰਗਾ ਹੋ ਰਿਹਾ ਜਾਂ ਜੋ ਵੀ ਹੋਣ ਦੀ ਲੋੜ ਹੈ, ਜੋ ਵੀ ਮੈਨੂੰ ਯਾਨੀ ਚੁਭਦਾ ਆਸੇ ਪਾਸੇ ਉਹ ਮੇਰੀਆਂ ਗਜ਼ਲਾਂ ਦੇ ਵਿੱਚ ਸ਼ੁਮਾਰ ਹੁੰਦਾ। ਮੇਨ ਵਿਸ਼ਾ ਵਸਤੂ ਤੁਹਾਡਾ ਸੋਸ਼ਲ ਉਸ ਉੱਤੇ ਹੈ। ਹਾਂਜੀ ਹਾਂ ਬਿਲਕੁਲ, ਮੈਂ ਉਹ ਅਖੌਤੀ ਮਹਿਬੂਬ ਜਾਂ ਅਖੌਤੀ ਜੋ ਪਿਆਰ ਇਸ਼ਕ ਵਾਲੀ ਉਹੀ ਜੀ ਮੇਰੀ ਗਜ਼ਲ ਵਿੱਚ ਕਿਤੇ ਤੁਹਾਨੂੰ ਨਜ਼ਰ ਨਹੀਂ ਪਊ, ਸਿਰਫ ਲੋਕਾਂ ਦੀ ਜੋ ਗੱਲ ਹੈ ਜੋ ਲੋਕਾਂ ਦੀ ਗਾਥਾ ਹੈ ਉਹ ਮੇਰੀ ਗਜ਼ਲ ਦੇ ਵਿੱਚ ਹੈ। ਬਿਲਕੁਲ ਜੀ, ਜੈਤੇਕ ਸਿੰਘ ਜੀ ਅਨੰਤ ਆਪ ਜੀ ਦੇ ਨਾਲ ਇਹਨਾਂ ਦਾ ਰਾਬਤਾ ਜਿਵੇਂ ਹੋਇਆ, ਅੱਜ ਇਹਨਾਂ ਨੂੰ ਇੱਥੇ ਰਹਿੰਦੇ 8 ਸਾਲ ਤੋਂ ਉੱਤੇ ਦਾ ਸਮਾਂ ਜਿਹੜਾ ਹੈਗਾ ਤਕਰੀਬਨ 2013 ਤੋਂ ਆਏ ਨੇ, ਅਤੇ 7 ਸਾਲ ਦਾ ਸਮਾਂ ਤਕਰੀਬਨ ਹੋਣ ਲੱਗਾ, ਅਤੇ ਆਪ ਜੀ ਦਾ ਕਿਵੇਂ ਰਾਬਤਾ ਰਿਹਾ? ਮੇਰਾ ਤਾਂ ਇਹਨਾਂ ਨਾਲ ਰਾਬਤਾ ਅਖਬਾਰ ਦੇ ਰਹੀ ਹੈ, ਕਿਉਂਕਿ ਬੇਤਹਾ ਜਿਹੜੇ ਲੇਖਕ ਅਦੀਬ ਹੁੰਦੇ ਨੇ ਇਹਨਾਂ ਦੀ ਜਿਹੜੀ ਸਾਡਾ ਰਿਸ਼ਤਾ ਰੂਹ ਦਾ ਰਿਸ਼ਤਾ ਰੂਹਾਨੀ ਰਿਸ਼ਤਾ ਹੁੰਦਾ, ਕਿਉਂਕਿ ਮੇਰੇ ਕੋਲ ਪਿੱਛੇ ਹਫ਼ਤੇ ਵਾਰ ਅਖਬਾਰ ਜਿਹੜੇ ਆਉਂਦੇ ਉਹਨਾਂ 'ਚ ਜਿਸ ਅਖਬਾਰ ਦੇ ਵਿੱਚ ਇਹ ਕੰਮ ਕਰਦੇ ਨੇ ਉਹ ਅਖਬਾਰ ਨਵਾਂ ਸ਼ੁਰੂ ਹੋਇਆ ਪੰਜਾਬੀ ਦੇ ਵਿੱਚ, ਅਤੇ ਜਿਹੜਾ ਪੇਜ ਨੂੰ ਇਹ ਕਰਦੇ ਨੇ ਐਡਿਟ ਕਰਦੇ ਨੇ ਉਹ ਪੇਜ ਕਲਾ ਸਾਹਿਤ ਅਤੇ ਸੱਭਿਆਚਾਰ ਨਾਲ ਹੁੰਦਾ ਹੈ, ਜਿਹੜੀ ਉਹਦੀ ਦਿੱਖ ਹੈ, ਉਹਦੀ ਜਿਹੜੀ ਬਣਤਰ ਹੈ, ਉਹਦਾ ਮੂੰਹ ਮੱਥਾ ਹੈ, ਉਹਦੇ ਨੈਣ ਨਕਸ਼ੇ, ਉਹਦਾ ਮੁਖੜਾ ਹੈ, ਉਹਨੂੰ ਜਿਸ ਢੰਗ ਨਾਲ ਇਹਨਾਂ ਨੇ ਉਹਨੂੰ ਡਿਜ਼ਾਇਨ ਕਰਨਾ ਜਾਂ ਐਡਿਟ ਕਰਨਾ ਉਹ ਬਾ ਕਮਾਲ, ਕਿਉਂਕਿ ਉਹਦੇ 'ਚ ਆਉਂਦਾ ਕਿ ਵੀ ਇਹਦੇ ਵਿੱਚ ਇਹਨਾਂ ਦੇ ਵਿੱਚ ਅਸਥੈਟਿਕ ਹੈ, ਇਹਨਾਂ ਵਿੱਚ ਕੁਝ ਜਿਹੜਾ ਮਾਇੰਡ ਜਿਹੜਾ ਕ੍ਰੀਏਟਿਵ ਮਾਇੰਡ ਹੈ ਜਿਹੜਾ ਆਮ ਆਦਮੀ 'ਚ ਨਹੀਂ ਸੀ, ਇਹ ਕੱਟ ਐਂਡ ਪੇਸਟ ਵਾਲਾ ਬੰਦਾ ਨਹੀਂ ਮੈਨੂੰ ਲੱਗਾ, ਇੱਕ ਬੜਾ ਸੰਵੇਦਨਾਸ਼ੀਲ ਸ਼ਾਇਰ
ਕੀ ਖਿਆਲ ਹੈ? ਇਹਦੇ ਇਹਦੀ ਇਹਦੇ ਅੰਦਰ ਕੋਈ ਕਲਾ ਅਤੇ ਕਲਾਕਾਰ ਵਸਦਾ? ਇਹ ਚੀਜ਼ਾਂ ਮੈਨੂੰ ਦੇਖੀਆਂ। ਫਿਰ ਇਸ ਤੋਂ ਕਾਫੀ ਦੇਰ ਬਾਅਦ ਸਬੱਬ ਹੋਇਆ ਇੱਕ ਮੇਰੇ ਘਰ ਇੱਕ ਦੁਬਾਰਾ ਆਏ ਜਾਣਨ ਦਾ। ਇਹ ਮੈਨੂੰ ਨਿਹਾਇਤ ਬਹੁਤ ਹੀ ਜਿਹਨੂੰ ਕਹਿੰਦੇ ਆ ਜੈਂਟਲ ਸ਼ਰੀਫ ਠੰਡੇ ਠੰਡੇ ਨਿੱਘੇ ਸੁਭਾਅ ਦੇ ਬੰਦੇ ਜੀ। ਇਹ ਚੀਜ਼ਾਂ ਮੈਂ ਇਹਨਾਂ ਦੀ ਦੇਖੀਆਂ। ਦੂਜੀ ਗੱਲ ਮੈਨੂੰ ਇਹ ਜਿਹੜਾ ਸ਼ਖਸ ਹਰਦਮ ਸਿੰਘ ਮਾਨ ਮੇਰੇ ਬਹੁਤ ਪਿਆਰੇ ਅਜ਼ੀਜ਼ ਨੇ, ਕਿ ਇਹ ਇੱਕ ਬਹੁਤ ਪੱਖੀ ਸ਼ਖਸੀਅਤ ਹੈ। ਇਹਦਾ ਜਿਹੜਾ ਵੀ ਪੱਖ ਹੈ ਉਹ ਸਾਫ ਸੁਥਰਾ ਉਜਲਾ ਪੱਖ ਹੈ ਜੀ, ਸੋਹਣਾ ਪੱਖ ਹੈ। ਇਹ ਸਾਡੇ ਭਾਈਚਾਰੇ ਦੀ ਇੱਕ ਬਹੁਤ ਹੀ ਅੱਛੀ ਇੱਕ ਜਿਹਨੂੰ ਕਹਿੰਦੇ ਆ ਇੱਥੇ ਸ਼ਾਨ ਹੈ। ਇਹ ਹਰ ਇੱਕ ਦਾ ਦੋਸਤ ਹੈ, ਹਰ ਇੱਕ ਦਾ ਪਿਆਰਾ ਸਭ ਦੇ ਨਾਲ। ਜਿਹੜੀਆਂ ਸਾਡੀਆਂ ਇੱਥੇ ਸਾਹਿਤਕ ਸੱਭਿਆਚਾਰਕ ਸਾਰੀਆਂ ਮਹਿਫਲਾਂ ਹੈ, ਇਹ ਉਹਦੇ ਵਿੱਚ ਹਰ ਇੱਕ 'ਚ ਸ਼ਰੀਕ ਹੁੰਦਾ ਹੈ, ਉਹਨੂੰ ਕਵਰ ਕਰਦਾ ਹੈ। ਉਹ ਹਰ ਇੱਕ ਦੀ ਜਿਹੜੀ ਹੁੰਦੀ ਹੈ ਉਹਨਾਂ ਉਹਨਾਂ ਦਾ ਜਿਹੜਾ ਹੈ ਉਹਨਾਂ ਦੀ ਕਵਰੇਜ ਨੂੰ ਬੜੇ ਚੰਗੇ ਢੰਗ ਦੇ ਨਾਲ ਚੰਗ ਸਜਾ ਕੇ ਹੈ, ਔਰ ਇੱਕ ਇੱਕ ਮਿਣ ਕੇ ਜਿਹੜਾ ਹੁੰਦਾ ਨਾ ਉਹ ਇੱਟ ਲਾਉਂਦਾ ਜਿਵੇਂ ਚਿਣਾਈ ਕਰੀਦਾ, ਔਰ ਪੂਰਾ ਦੇਖਣ ਨੂੰ ਬਹੁਤ ਅੱਛਾ ਲੱਗੇ। ਬਿਲਕੁਲ ਕਾਰਨ ਹੈ ਕਿ ਇੱਕ ਭੋਖੇ ਬੰਦੇ ਦੀ ਹਿਊਮਨ ਵੀਕਨੈਸ ਹੈ ਕਿ ਜਦੋਂ ਕੋਈ ਕਾਰਵਾਈ ਕਰੇ ਉਹਦੀ ਅੱਛੀ ਰਿਪੋਰਟਿੰਗ ਹੋਏ। ਅੱਛੀ ਰਿਪੋਰਟਿੰਗ ਦਾ ਮਤਲਬ ਉਹਨੂੰ ਅੱਛਾ ਹੁੰਗਾਰਾ ਮਿਲਦਾ ਹੈ, ਉਹਦੇ ਵਿੱਚ ਇੱਕ ਸਾਥ ਦਿੰਦੇ ਨੇ ਕਿ ਬੰਦੇ ਦੇ ਲਈ, ਬੰਦੇ ਦੀ ਪ੍ਰਮੋਸ਼ਨ ਲਈ, ਬੰਦੇ ਦੀ ਪ੍ਰਮੋਟ ਕਰਨ ਦੇ ਲਈ, ਉਹਨੂੰ ਉਤਸ਼ਾਹਿਤ ਕਰਨ ਦੇ ਵਿੱਚ ਇੱਕ ਇਹਨਾਂ ਦਾ ਬੜਾ ਵੱਡਾ ਰੋਲ ਹੈ। ਬਿਲਕੁਲ। ਔਰ ਇਸੇ ਕਰਕੇ ਮੈਂ ਜਦੋਂ ਵੀ ਇਹੋ ਜਿਹੇ ਗੁਣਵਾਨ ਹੁੰਦੇ ਨੇ ਬੰਦੇ ਉਹਨਾਂ ਦੀ ਤਲਾਸ਼ ਕਰਦਾ ਰਹਿੰਦਾ, ਔਰ ਮੈਂ ਸੋਚਦਾ ਰਹਿੰਦਾ ਕਿ ਇਹੋ ਜਿਹੇ ਬੰਦਿਆਂ ਤੋਂ ਕਿਹੋ ਜਿਹਾ ਕੰਮ ਲਿਆ ਜਾਏ, ਇਹਨਾਂ ਦੀ ਵਰਤੋਂ ਕਿੱਥੇ ਕੀਤੀ ਜਾਏ, ਇਹਨਾਂ ਦੀ ਸਕਿੱਲ ਦਾ ਲਾਭ ਕਿਵੇਂ ਕੀਤਾ ਜਾਏ ਜੀ। ਇਹ ਮੈਂ ਇਹਨਾਂ ਦੇ ਇਸੇ ਕਰਕੇ ਮੈਂ ਤੁਹਾਨੂੰ ਸੁਝਾਅ ਦਿੱਤਾ ਸੀ ਕਿ ਇਹੋ ਜਿਹੇ ਗੁਣਵਾਨ ਜਿਹੜੇ ਨੇ ਉਹਨੂੰ ਤੁਸੀਂ ਆਪਣੇ ਨਾਲ ਜੋੜੋ ਜੀ, ਤਾਂ ਕਿ ਇਹਨਾਂ ਦਾ ਜਿਹੜਾ ਸਕੋਪ ਹੈ ਉਹ ਵਾਈਡਰ ਹੋਵੇ। ਇਹਨਾਂ ਦੀ ਪਹਿਚਾਣ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਹੀ ਸੀਮਤ ਨਾ ਹੋਏ, ਕਿਉਂਕਿ ਜਿਹੜਾ ਤੁਹਾਡਾ ਅਦਾਰਾ ਚੜ੍ਹਦੀ ਕਲਾ ਟਾਈਮ ਟੀਵੀ ਇੱਕ ਇੰਟਰਨੈਸ਼ਨਲ ਹੈ, ਤੁਹਾਡੀ ਪਹੁੰਚ ਵਿਸ਼ਵ ਭਰ ਦੇ ਚ ਆਲਮੀ ਜਗਤ ਵਿੱਚ ਤੁਹਾਡੀ ਪਹਿਚਾਣ ਹੈ। ਜੇ ਇਹਦੇ ਨਾਲ ਜੁੜਦੇ ਨੇ ਤੇ ਹਰਦਮ ਮਾਨ ਇੱਕ ਸਰੀ ਦੇ ਵਿੱਚ ਨਹੀਂ ਇਹ ਆਲਮੀ ਜਗਤ ਦੇ ਵਿੱਚ ਇਹਦਾ ਨਾਂ ਗੂੰਜੇਗਾ। ਤੇ ਮੈਂ ਇਸੇ ਕਰਕੇ ਮੇਰੀ ਇੱਛਾ ਸੀ ਕਿ ਇਹੋ ਜਿਹੇ ਬੰਦੇ ਜਿੱਥੇ ਜਿੱਥੇ ਵੀ ਨੇ ਤੁਹਾਡੇ ਨਾਲ ਜੋੜੇ ਜਾਣ, ਤਾਂ ਕਿ ਇਹ ਜਿਹੜੀ ਮਹਿਕ ਹੈ ਉਹ ਆਲਮੀ ਜਗਤ ਵਿੱਚ ਇਹਨਾਂ ਦੀ ਮਹਿਕ ਲੋਕਾਂ ਤੱਕ ਪਹੁੰਚੇ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ। ਮੈਂ ਇੱਥੇ ਜੈਤੇਜ ਸਿੰਘ ਆਨੰਦਪੁਰਾ ਦਾ ਧੰਨਵਾਦ ਕਰਾਂਗਾ ਕਿ ਇਹਨਾਂ ਨੇ ਸਾਡੀ ਮੁਲਾਕਾਤ ਕਰਾਈ ਹਰਦਮ ਮਾਨ ਜੀ ਨਾਲ, ਅਤੇ ਪਿਛਲੇ ਦਿਨ ਹੀ ਅਦਾਰਾ ਚੜ੍ਹਦੀ ਕਲਾ ਦੇ ਨਾਲ ਐਜ਼ ਅ ਰਿਪ੍ਰਜੈਂਟੇਟਿਵ ਇੱਥੇ ਜੁੜੇ ਨੇ, ਅਤੇ ਮੈਂ ਨਿੱਘਾ ਸਵਾਗਤ ਵੀ ਕਰਦਾ ਇਹਨਾਂ ਦਾ। ਅਤੇ ਮਾਨ ਸਾਹਿਬ, ਜਿੱਥੇ ਹੁਣ ਤੁਸੀਂ ਚੜ੍ਹਦੀ ਕਲਾ ਅਦਾਰੇ ਨਾਲ ਇੱਥੇ ਜੁੜੇ ਹੋ, ਐਜ਼ ਅ ਬਤੌਰ ਪੱਤਰਕਾਰ ਤੁਸੀਂ ਇੰਡੀਆ 'ਚ ਨੌਕਰੀ ਦੇ ਨਾਲ ਨਾਲ ਕੰਮ ਵੀ ਕੀਤਾ, ਇੱਥੇ ਵੀ ਉਹੀ ਪੱਤਰਕਾਰੀ ਦੇ ਖੇਤਰ ਦੇ ਵਿੱਚ ਤੁਸੀਂ ਸਾਫ਼ ਸੁਥਰਾ ਆਪਣਾ ਅਕਸ ਬਣਾਇਆ, ਅਤੇ ਕਿਹੜੇ ਕਿਹੜੇ ਅਖਬਾਰਾਂ ਨਾਲ ਇੱਥੇ ਕੰਮ ਕਰ ਰਹੇ ਹੋ, ਅਤੇ ਜਿਹੜੇ ਭਾਰਤ ਦੇ ਵਿੱਚ ਅਖਬਾਰਾਂ ਨਾਲ ਕੰਮ ਕਰ ਰਹੇ ਸੀ, ਕਿ ਉਹ ਵੀ ਨਿਰੰਤਰ ਜਾਰੀ ਹੈ? ਇੱਥੇ ਮੈਂ ਜਿਸ ਤਰ੍ਹਾਂ ਸਰਦਾਰ ਰਾਮ ਸਾਹਿਬ ਨੇ ਦੱਸਿਆ, ਇੱਥੇ ਪੰਜਾਬ ਲਿੰਕ ਅਖਬਾਰ 'ਚ ਮੈਂ ਪਿਛਲੇ 5 ਸਾਲ ਤੋਂ ਉਹਨਾਂ ਨਾਲ ਜੁੜਿਆ ਹੋਇਆ, ਮੇਨ ਮੈਂ ਉਹਨਾਂ ਨਾਲ ਹੀ ਜੁੜਿਆ ਹਾਂ। ਪਰ ਪਿਛਲੇ ਕੁਝ ਸਮੇਂ ਤੋਂ ਸੁਖਵਿੰਦਰ ਸਿੰਘ ਚੋਹਲਾ ਜੀ ਇੱਥੇ ਆਏ ਨੇ, ਅਤੇ ਉਹਨਾਂ ਦਾ ਪੇਪਰ ਹੈ ਦੇਸ਼ ਪ੍ਰਦੇਸ਼ ਟਾਈਮਸ, ਉਹਦੇ ਵਿੱਚ ਵੀ ਮੇਰੀਆਂ ਫਿਲਹਾਲ ਇਹਨਾਂ ਦੋਨਾਂ ਪੇਪਰਾਂ ਨਾਲ ਮੈਂ ਜੁੜਿਆ ਹਾਂ। ਇਹਨਾਂ 'ਚ ਮੇਰੀਆਂ ਜੋ ਰਿਪੋਰਟਿੰਗ ਨੇ, ਵਿਸ਼ੇਸ਼ ਤੌਰ 'ਤੇ ਮੇਰੀਆਂ ਸਾਹਿਤਕ ਜਾਂ ਸੱਭਿਆਚਾਰਕ ਰਿਪੋਰਟਿੰਗ ਹੁੰਦੀਆਂ ਨੇ, ਉਹ ਛਪਦੀਆਂ ਨੇ। ਅਤੇ ਮੈਂ ਹੋਰ ਜਿਹੜੀ ਇੰਡੀਆ ਵਾਲੇ, ਮੈਂ ਕਿਸੇ ਅਖਬਾਰ ਨਾਲ ਮੇਰਾ ਰਾਬਤਾ ਨਹੀਂ ਹੈ, ਅਤੇ ਨਾ ਹੀ ਮੈਂ ਕਰਨਾ ਚਾਹਿਆ, ਕਿਉਂਕਿ ਇੱਥੇ ਪਹਿਲਾਂ ਆਉਣ ਸਾਰ ਤਾਂ ਰੋਜ਼ੀ ਰੋਟੀ ਦਾ ਮਸਲਾ ਹੁੰਦਾ, ਇਸ ਕਰਕੇ ਮੈਂ ਬਹੁਤਾ ਨਹੀਂ ਉੱਧਰ ਧਿਆਨ ਦਿੱਤਾ ਜੀ। ਪਰ ਆਉਣ ਵਾਲੇ ਸਮੇਂ 'ਚ ਹੁਣ ਅਦਾਰਾ ਚੜ੍ਹਦੀ ਕਲਾ ਦੀ ਸਕਰੀਨ ਦੇ ਉੱਤੇ, ਚੜ੍ਹਦੀ ਕਲਾ ਟਾਈਮ ਟੀ ਵੀ ਸਕਰੀਨ ਦੇ ਉੱਤੇ ਤੁਸੀਂ, ਅਸੀਂ ਚਾਹਵਾਂਗੇ ਵੀ ਬਤੌਰ ਬਣੇ ਰਹੋ ਅਤੇ ਦਰਸ਼ਕਾਂ ਦੇ ਰੂਬਰੂ ਹੋ। ਪਰ ਇੱਕ ਗਜ਼ਲ ਗੋ ਦੇ ਤੌਰ 'ਤੇ ਮੈਂ ਜਿਹੜਾ ਤੁਹਾਡਾ ਇਹ ਅੰਗ ਹੈ, ਮੈਂ ਚਾਹਵਾਂਗਾ ਦਰਸ਼ਕਾਂ ਦੇ ਜ਼ਰੂਰ ਤੁਸੀਂ ਸਾਹਮਣੇ ਪੇਸ਼ ਕਰੋ ਕੋਈ ਆਪਣੀ ਉਹ ਗਜ਼ਲ ਜਿਹੜੀ ਲੋਕਾਂ 'ਚ ਵੀ ਮਕਬੂਲ ਹੋਈ ਅਤੇ ਤੁਹਾਨੂੰ ਵੀ ਬੜੀ ਜਿਹੜੀ ਤੁਹਾਡੇ ਦਿਲ ਦੇ ਨਜ਼ਦੀਕ ਹੈ। ਬਿਲਕੁਲ ਜੀ,
एक मैं बिल्कुल हल्की फुल्की गजल है उनू अपना कह सकते हैं व्यंगमयी गजल है ते वो मैं काफ़ी जगहों स्टेजा पर पढ़ता है तो क्योंकि एक तो वह हर बंदे दे समझ आने वाली गल है तो मैं काफ़ी उदे चों हौसला अफजाई मिली। मैं वो पाठकों के नाल तुहाडे दर्शकों के नाल रूबरू करना चाहाँगा। वो गजल है कि पल पल खेडे चाल जमाना उसका है, क्या बात है, पल पल खेडे चाल जमाना उसका है, जिस दी अदा कमाल जमाना उसका है। वाह जी वाह। पल पल खेडे चाल जमाना उसका है, जिस दी अदा कमाल जमाना उसका है। वो तो उड़ते अंबरी पंछी फा लैंदा, वाह जी वाह, वो तो उड़ते अंबरी पंछी फा लैंदा, बोना जाने जाल जमाना उसका है। तेरे आदर्शां नू बाबा पुछदा कौन, तेरे आदर्शां नू बाबा पुछदा कौन, जिहदी जेब च माल जमाना उसका है। वाह जी वाह। ਜਿਹਦੀ ਜੇਬ ਚ ਜਿਹਦੀ ਜੇਬ ਚ ਮਾਲ ਜ਼ਮਾਨਾ ਉਸਦਾ ਹੈ। ਬਿਲਕੁਲ ਸੱਚਾਈ ਹੈ ਜੀ ਅੱਜ ਕੱਲ ਹਰ ਥਾਂ ਤੂਤੀ ਬੋਲੇ ਚਮਚਾ ਗੀਰੀ ਦੀ, ਵਾਹ, ਹਰ ਥਾਂ ਤੂਤੀ ਬੋਲੇ ਚਮਚਾ ਗੀਰੀ ਦੀ, ਹੋਵੇ ਹਾੜ ਸਿਆਲ ਜ਼ਮਾਨਾ ਉਸਦਾ ਹੈ। ਤੇ ਇਹਦਾ ਆਖਰੀ ਸੀਗਾ ਕਿ ਨੇਤਾ ਪੁਲਿਸ ਮੀਡੀਆ ਅਫਸਰ ਤੇ ਬੀਵੀ, ਵਾਹ, ਨੇਤਾ ਪੁਲਿਸ ਮੀਡੀਆ ਅਫਸਰ ਤੇ ਬੀਵੀ, ਜਿਸਤੇ ਹੁਣ ਦਿਆਲ ਜ਼ਮਾਨਾ ਉਸਦਾ ਹੈ। ਕੀ ਬਾਤ ਹੈ ਜੀ, ਕੀ ਬਾਤ ਹੈ, ਹੁਣ ਦਿਆਲ ਜ਼ਮਾਨਾ, ਸੱਚਾਈ ਜਿਹੜੀ ਹੈ ਨਾ ਜੀ, ਬਿਲਕੁਲ ਬਹੁਤ ਖੂਬ ਜੀ। ਸੋ ਇਸ ਤਰ੍ਹਾਂ ਦਾ ਰੰਗ ਮੇਰੀਆਂ ਗੱਲਾਂ ਵਿੱਚ ਤੁਹਾਨੂੰ ਮਿਲ ਸਕਦਾ। ਮੈਂ ਸੱਚਾਈ ਵੀ ਹੈ ਜੀ ਤੇ ਇਹਨੂੰ ਤੁਸੀਂ ਇੱਕ ਹਾਸ ਰਸ ਵੀ ਦੇਤਾ ਤੇ ਪਰ ਇਹ ਜ਼ਿੰਦਗੀ ਦੀ ਸੱਚਾਈ ਹੈ ਤੇ ਖਾਸ ਕਰ ਘਰ ਦੀ ਜਿਹੜੀ ਹੋਮ ਮਿਨਿਸਟਰੀ ਹੈ ਉਹਦਾ ਦਿਆਲ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਜ਼ਿੰਦਗੀ ਦੀ ਜਿਹੜੀ ਵਾਗਡੋਰ ਹੈ ਉਹ ਬੈਲੈਂਸਡ ਚੱਲਦੀ ਰਹਿੰਦੀ ਹੈ। ਗੁਰੂ ਸਾਹਿਬ ਨੇ ਵੀ ਕਿਹਾ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਇਹ ਇੱਕ ਜ਼ਿੰਦਗੀ ਦੀ ਸੱਚਾਈ ਹੈ। ਘਰ ਦਾ ਸੁੱਖ ਜਿਹੜਾ ਜੇ ਤੁਹਾਡੇ ਕੋਲ ਘਰ ਦਾ ਸੁੱਖ ਹੈਗਾ ਤਾਂ ਬਾਹਰ ਆਟੋਮੈਟਿਕਲੀ ਜਿਹੜਾ ਸੁੱਖ ਹੀ ਸੁੱਖ ਹੈ। ਅਤੇ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਪਰ ਤੁਹਾਡੀ ਇਹ ਹਾਸ ਰਸ ਗਜ਼ਲ ਜਿਹਨੇ ਜ਼ਿੰਦਗੀ ਦੀ ਸੱਚਾਈ ਕਹੀ ਹੈ ਵੀ ਜ਼ਮਾਨਾ ਜਿਸ ਦੀ ਜੇਬ 'ਚ ਮਾਲ ਜ਼ਮਾਨਾ ਉਸਦਾ ਹੈ, ਇਹ ਬਿਲਕੁਲ ਠੀਕ ਗੱਲ ਹੈ ਜੀ। ਅੱਜ ਦੀ ਕਮਰਸ਼ੀਅਲ ਹਰ ਇੱਕ ਚੀਜ਼ ਕਮਰਸ਼ੀਅਲ ਹੋ ਗਈ ਹੈ ਤੇ ਲਾਈਫ ਇਸ ਤਰ੍ਹਾਂ ਦੀ ਹੋ ਗਈ ਹੈ। ਹਾਂਜੀ, ਲਾਈਫ ਹੀ ਇਸ ਤਰ੍ਹਾਂ, ਗੁਜ਼ਾਰਾ ਵੀ ਕਰਨਾ ਔਖਾ ਹੋ ਗਿਆ ਜੀ, ਖਰਚੇ ਵੀ ਕੱਢਣੇ ਔਖੇ ਹੋ ਗਏ ਨੇ, ਪਰ ਇੱਕ ਸੱਚਾਈ ਹੈ। ਜਾਂਦੇ ਜਾਂਦੇ ਦੋ ਸ਼ਬਦ ਕੁਝ ਅਨੰਦ ਸਾਹਿਬ ਤੁਸੀਂ ਸਾਂਝੇ ਕਰਨਾ ਚਾਹੋਗੇ? ਹਾਂ, ਮੈਂ ਇਹ ਸ਼ਬਦ ਕਹਿਣਾ ਚਾਹਾਂਗਾ ਕਿ ਸਾਨੂੰ ਹਰਦਮ ਸਿੰਘ ਮਾਨ ਜੋ ਚੜ੍ਹਦੀ ਕਲਾ ਟਾਈਮ ਟੀ ਵੀ ਅਤੇ ਸਾਡਾ ਜਿਹੜਾ ਪਟਿਆਲੇ ਤੋਂ ਡੇਲੀ ਰੋਜ਼ਾਨਾ ਅਖਬਾਰ ਦੇ ਨਾਲ ਜੁੜੇ ਨੇ, ਇਹਦੇ ਲਈ ਆਪਣੀਆਂ ਸ਼ਾਨਦਾਰ ਸੇਵਾਵਾਂ ਅਰਪਣ ਕਰਨਗੇ ਔਰ ਸਾਡੇ ਪਾਠਕਾਂ ਦੀ ਸਾਡੇ ਸਰੋਤਿਆਂ ਦੀ ਕਸਵੱਟੀ 'ਤੇ ਪੂਰੇ ਹੋਣਗੇ। ਔਰ ਜਿਸ ਤਰ੍ਹਾਂ ਇਹ ਹੁਣ ਤੱਕ ਇਹ ਪੰਜਾਬ ਦੀ ਸੱਭਿਆਚਾਰ ਦੀ ਸਿੱਖਾਂ ਦੀ ਆਵਾਜ਼ ਉਹਨਾਂ ਦੇ ਮਸਲਿਆਂ ਨੂੰ ਅਖਬਾਰਾਂ ਦੇ ਰਾਹੀਂ ਜਾਂ ਹੋਰ ਢੰਗ ਦੇ ਨਾਲ ਬੁਲੰਦ ਕਰਦੇ ਰਹੇ ਨੇ, ਉਸੇ ਤਰ੍ਹਾਂ ਹੀ ਉਹਦੀ ਤਰਜਮਾਨੀ ਚੜ੍ਹਦੀ ਕਲਾ ਟਾਈਮ ਟੀ ਵੀ ਅਤੇ ਰੋਜ਼ਾਨਾ ਚੜ੍ਹਦੀ ਕਲਾ ਦੇ ਲਈ ਕਰਨਗੇ। ਮੈਂ ਇਹਨਾਂ ਦੇ ਚੰਗੇ ਅਗੇਰੇ ਭਵਿੱਖ ਲਈ ਕਾਮਨਾ ਕਰਦਾ ਹਾਂ ਔਰ ਆਸ ਕਰਦਾ ਹਾਂ ਕਿ ਸਾਡੇ ਸਾਰਿਆਂ ਦੀ ਕਸਵੱਟੀ 'ਤੇ ਹਰਦਮ ਸਿੰਘ ਮਾਨ ਪੁੱਤਣ ਦਾ ਪੂਰਾ ਯਤਨ ਕਰਨਗੇ। ਮੈਂ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੀਆਂ ਬਲੈਸਿੰਗ ਇਹਨਾਂ ਨੂੰ ਦੇਣਾ ਚਾਹਵਾਂਗਾ। ਮੈਂ ਇਹਨਾਂ ਸ਼ਬਦਾਂ ਨਾਲ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਇੱਕ ਅਪਰਚੁਨਿਟੀ ਦਿੱਤੀ ਕਿ ਇਹਨਾਂ ਨੂੰ ਅੱਜ ਚੜ੍ਹਦੀ ਕਲਾ ਟਾਈਮ ਟੀ ਵੀ 'ਚ ਲਿਆ ਕੇ ਇਹ ਸਾਡੇ ਸਰੋਤਿਆਂ ਦੇ ਰੂਬਰੂ ਕਰਨ ਦਾ ਯਤਨ ਕੀਤਾ ਤਾਂ ਕਿ ਦੁਨੀਆ ਵਿੱਚ ਵੇਖ ਰਹੇ ਟੈਲੀਵਿਜ਼ਨ ਦੇ ਸਰੋਤਿਆਂ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਏ ਕਿ ਕੈਨੇਡਾ ਤੋਂ ਵਿਸ਼ੇਸ਼ ਤੌਰ 'ਤੇ ਸਰੀ ਵੈਨਕੂਵਰ ਤੋਂ ਚੜ੍ਹਦੀ ਕਲਾ ਦਾ ਵਿਸ਼ੇਸ਼ ਤੌਰ 'ਤੇ ਜਿੱਥੇ ਕਿ ਅਸੀਂ ਆਪਣਾ ਜਲਦੀ ਹੀ ਸਟੂਡੀਓ ਇੱਥੇ ਆਪਣਾ ਸਟੈਬਲਿਸ਼ ਕਰ ਰਹੇ ਹਾਂ, ਉੱਥੇ ਸਾਡੇ ਚੜ੍ਹਦੀ ਕਲਾ ਟਾਈਮ ਟੀ ਵੀ ਨੂੰ ਹਰਦਮ ਸਿੰਘ ਮਾਨ ਰੀਪ੍ਰਜੈਂਟ ਕਰਨਗੇ। ਇਹ ਸਾਡੇ ਇੱਕ ਵਿਸ਼ੇਸ਼ ਪ੍ਰਤੀਨਿਧ ਹੋਣਗੇ, ਇਹ ਇੱਥੇ ਬਿਊਰੋ ਹੋਣਗੇ ਤਾਂ ਕਿ ਇਹ ਵੱਧ ਤੋਂ ਵੱਧ ਇੱਥੋਂ ਦੀਆਂ ਸਰਗਰਮੀਆਂ, ਇੱਥੋਂ ਦੇ ਸਾਹਿਤ, ਕਲਾ, ਸੱਭਿਆਚਾਰ, ਸਾਡੇ ਜਿਹੜੇ ਮਸਲੇ ਨੇ ਕਮਿਊਨਿਟੀ ਦੇ ਨੇ, ਉਹਨਾਂ ਦੀ ਆਵਾਜ਼ ਦੁਨੀਆ ਭਰ 'ਚ ਪਹੁੰਚਾਉਣ ਵਿੱਚ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਜ਼ਰੀਏ ਇੱਕ ਆਵਾਜ਼ ਬੁਲੰਦ ਕਰ ਸਕਣ। ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਇਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਲਈ।
बहुत बहुत धन्यवाद जी, बहुत बहुत धन्यवाद। मान साहब समय इजाजत नहीं दे रहा, पर जाते जाते दो शब्द जो कोई थोड़े मन च रह गए, जो कोई गल्लां साझियां करनियां दर्शकों रह गई तो जरूर करो। तो नाल ही इस प्रोग्राम का जड़ा अंतिम पड़ा है उसका उन्होंने अंतिम छो भी अपन गजलों दिया स्वर तुकों नाल करते हुए असी इस प्रोग्राम असी अंतले पड़ाव वाल लैके चलीए। अखीर विच अपने वालों विशेष तौर पर धन्यवाद करना चाहांगा सरदार जयतेग सिंह अनंत, जो एक बहुत ही प्रमुख शख्सियत ने साहित दी, ते जो कला दी फोटोग्राफी है उसकी बहुत ही महान शख्सियत ने, कि उन्होंने मैनु इस योग समझिया, तुहाडे नाल उन्होंने मेरा ये मेल कराया, कि तुसीं भी मैनू ये मान दिता कि मैं तुहाडे वास्ते इत्थे सरी वैनकूवर इलाके विच जो कम करा ते रिपोर्टिंग करा जां जिस तरह दी सेवा मैं तुहाडा जो चढ़ती कला टाइम टीवी वालों जो तुहाडा उद्देश है, जो तुहाडा मिशन है, उसनू मैं इस इलाके विच प्रचार कर सकां, उहदा प्रसार कर सकां। सो अखीर विच मैं एक गज़ल दे दो चार शेर तुहाडे नाल सांझे करदा ते दर्शकों पासों ते तुहाडे पासों आग्या चाहांगा। वो गज़ल है कि होण चले सी असी तां अखरां दे रूबरू। वाह जी। होण चले सी असी तां अखरां दे रूबरू, कौन सानू कर गया संग मरमरां दे रूबरू। होण चले सी असी तां अखरां दे रूबरू, कौन सानू कर गया संग मरमरां दे रूबरू। महल विच सुत्ता पिया सी डालरां दे देश विच, महल विच सुत्ता पिया सी डालरां दे देश विच, सो हो रहा सुपने च सी कच्चे घरां दे रूबरू। क्या बात है। सो इस दे नाल ही मैं तुहाडे दर्शकां दा ते तुहाडा बहुत बहुत धन्यवाद जी। जांदा जांदा एक सच्चाई जड़ी है वह अपनी गजल दे विच एक होर कह गए ने भी जिथे सतगुरां ने सानू गुर शब्द दे लड़ लाया सी असी अज संग मरमरां नूं गुरद्वारियां नूं पक्के करन च लग गए हाँ, तो जो दूजे पासे सिक्खी जिहड़ी है वह कच्ची हो गई है। नाम गलत है, गुर शब्द दे नाल अखर दे नाल उसनूं अंदर वसाण दी सी जो सतगुरां ने सानू बख्शिया। पर आप जी दी इस गजल का जो केंद्री भाव वह पहली लाइन दे विच ही समझ आ गया, तो मैं बहुत धन्यवादी हाँ। इहो जिहियां जो साहित है वह रचण की भी लोड़ है, तो इहो जिहे साहित नूं सुणन की भी लोड़ है, तो आनंद माणन की भी लोड़ है। तो बहुत अच्छा लगा आप जी दे नाल आह जिहड़ी खास मुलाकात जिहड़ी होई है, तो अगों भी मैं दर्शकों नूं दसदा कि इहनां दा असीं जी आया निघा स्वागत करते हाँ अदारा चढ़दी कला दे विच, इहनां नूं नाल बतौर इतों के प्रतिनिधि तो बतौर एक अंग होने का सानू भी माण है कि साढ़े नाल जुड़े ने, तो आने वाले समय च इन्हों आप जी स्क्रीन उत्ते ते अखबार के कालमां दे विच जरूर देखते रहोगे। इस दे नाल ही इजाजत दिओ। वाहिगुरू जी का खालसा, वाहिगुरू जी की फतह।